ਪਲਸ ਵਾਲੇ ਸਾਰਾ ਦਿਨ ਹੁਣ ਦੁਕਾਨਾਂ ਅੱਜ ਹਫਤਾ ਹੋ ਗਿਆ, ਦੁਕਾਨਾਂ ਬੰਦ ਹੋ ਗਈਆਂ ਨੇ। ਦੇਖੋ ਜੇ ਦੋ ਚਾਰ ਬੰਦੇ ਦੋ ਚਾਰ ਦਿਨ ਵੀ ਆਪਾਂ ਨਹੀਂ ਕਮਾਉਂਦੇ ਤੇ ਸਾਡੇ ਦੇ ਉੱਤੇ ਰੋਜੀ ਰੋਟੀ ਦਾ ਮਸਲਾ, ਪਰਿਵਾਰ ਦਾ ਕਿੰਨਾ ਚੱਲਦਾ। ਚਾਹੀਦਾ ਜੀ ਸਾਨੂੰ ਸਹੀ ਜਗ੍ਹਾ ਤੇ ਜਗ੍ਹਾ ਦਿੱਤੀ ਜਾਵੇ, ਜਾਂ ਇਹਨਾਂ ਦੇ ਘਰ ਜਿਹੜਾ ਰੋਜੀ ਰੋਟੀ ਇਹਨਾਂ ਦੀ ਚੱਲ ਰਹੀ ਹੈ ਉਹ ਚੱਲਦੀ ਰਹੇ ਤੇ ਪ੍ਰਸ਼ਾਸਨ ਦਾ ਵੀ ਕੋਈ ਨੁਕਸਾਨ ਨਾ ਹੋਵੇ। ਛੋਟੀਆਂ ਇਹੀ ਦੁਕਾਨਾਂ ਜਿਹੜੀਆਂ ਬਾਹਰ ਨਸਲਾਂ ਜੀ ਇਹਨਾਂ ਦੁਕਾਨਾਂ ਦਾ ਗਰੀਬ ਲੋਕ ਹੈ, ਮਾਰਕੀਟ ਤੋੜਨ ਦਾ ਕੋਈ ਪਲਾਨ ਨੀ ਕਿਸੇ ਦਾ, ਸਿਰਫ ਇਹ ਸਫਾਈ ਕਾਰਪੋਰੇਸ਼ਨ ਵਾਲੇ ਅਫਸਰ ਹੀ ਆਏ ਸੀ, ਉਹੀ ਕਰਕੇ ਗਏ ਉਹਨਾਂ ਨੇ ਦੱਸਿਆ। ਸਫਾਈ ਲਈ ਆਏ ਸੀ, ਬਿਲਕੁਲ ਸਫਾਈ ਕਰਾਉਣੀ ਉਹਨਾਂ ਨੇ।